ਗੁਰਦੁਆਰਾ ਸਿੰਘ ਸਭਾ ਗੁਰਦੁਆਰੇ ਜਾ ਕੇ ਰਾਤ 6 ਵਜੇ ਖਤਮ ਹੋਵੇਗਾ। ਇਸ ਵਿੱਚ ਹਿੰਦੂ ਮੁਸਲਮਾਨ ਸਿੱਖ ਸਾਰੇ ਹੀ ਸ਼ਾਮਲ ਨੇ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਂਝੀ ਵਾਲਤਾ ਦਾ ਪੈਗਾਮ ਦਿੱਤਾ। ਉਹਨਾਂ ਨੇ ਇਸ ਸੰਸਾਰ ਦੇ ਵਿੱਚ ਇਹ ਕਿਹਾ ਕਿ ਇੱਕ ਪਿਤਾ ਇੱਕਸ ਕੇ ਹੰਬਾਰਕ। ਉਸਲੇ ਗੁਰੂ ਨਾਨਕ ਦੇਵ ਜੀ ਜਿਸਲੇ ਉਹਨਾਂ ਦਾ ਪ੍ਰਕਾਸ਼ ਹੋਇਆ, ਉਸ ਵੇਲੇ ਜ਼ੁਲਮ ਦੀ ਇੰਤਹਾ ਸੀ। ਕਹਿੰਦੇ ਨੇ ਕਿ ਉਸ ਵੇਲੇ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਿਪੇ ਅੰਧੇਰ ਭਲੋਆ। ਉਸ ਵੇਲੇ ਇੱਕ ਰੋਸ਼ਨੀ ਲੋਕਾਂ ਨੂੰ ਨਜ਼ਰ ਆਈ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਸਾਂਝੀ ਵਾਲਤਾ ਦਾ ਪੈਗਾਮ ਦਿੱਤਾ, ਜੋ ਇਕੁਐਲਿਟੀ ਦਾ ਪੈਗਾਮ ਦਿੱਤਾ, ਉਹਨਾਂ ਨੇ ਕਿਹਾ ਕਿ ਔਰਤ ਨੂੰ ਕਿਉਂ ਨਿੰਦਿਆ ਜਾ ਰਿਹਾ। ਔਰਤ ਸਭ ਤੋਂ ਉੱਤਮ ਹੈ, ਔਰਤ ਬਰਾਬਰੀ ਦਾ ਦਰਜਾ ਰੱਖਦੀ ਹੈ। ਸੋ ਕਿਉਂ ਮੁੰਡਾ ਆਖੀਐ ਜਿਤ ਜੰਮੇ ਰਾਜਾਨ, ਜਿਹੜੇ ਓਲੀਆਂ ਪੀਰਾਂ ਫਕੀਰਾਂ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ, ਉਸ ਨੂੰ ਕਿਉਂ ਨਿੰਦਿਆ ਜਾਏ, ਉਸ ਨੂੰ ਕਿਉਂ ਪੈਰ ਦੀ ਜੁੱਤੀ ਕਿਹਾ ਜਾਏ। ਇਸ ਗੱਲੋਂ ਅੱਜ ਜੋ ਦੁਨੀਆ
ਸਭ ਜਗਤ ਦੇ ਨਾ।